लीड़े तोड़ दे बहाने आ जा मित्रां दी मोटर ते। ये अजकल गाया नहीं जांदा, बल्कि हिस्ट्री लैसन दे विच सिखाया जांदा भी साडे फोक दे विच इदां गाया जांदा सीगा, क्योंकि जमीनां दे साइज़ छोटे हो रहे ने। वैसे भी जिहड़ी साडी सो कॉल्ड यंग जनरेशन है, उहनां दा कहिंदे उहनां दा कल्चर जिहड़ा एग्रीकल्चर तो दूर हुंदा जा रहा है। पर ऐसे भी कई लोग ने जिन्हां नूं कि अपने इस एग्रीकल्चर ते इन्ना क माण है भी वह इस पंजाबी कल्चर दे विच पूरे शौक दे नाल खेतीबाड़ी करते हैं। इदा ही साढ़े को एक ऐसी शख्सियत जिन्हों की कि मोटर सिर्फ अपने शौक करके नहीं, अपने काम करके नहीं, बल्कि इन्ने पैशन करके पिंडों के मशहूर है। भी जे कोई कहे भी कि मोटर है जी सब तो सोहनी होगी, 24-25 पिंड दूरों ही आवाज़ आ जाती, कहते जो उधर जाओ जी बहुत वधिया मोटर है। सो ये ऐसे शकीन है साढ़े जिन्हों के मैं किंग ऑफ शकीनिया ऑफ पंजाब कह सकता जी। सत श्री अकाल जी। जनाब तुहाड़ा शुभ नाम जी? मेरा नाम बलवंत सिंह नंबरदार जी, माजरी सोढ़ी। अच्छा जनाब, पहला तो मैंने ये दसो भी ये मोटर के पिछे इन्ना क खर्चा करता जी तुसी? नहीं जी, ये तो शौक की गल है ना। खर्चे की कोई गल नहीं, क्योंकि खर्चा तो असं महसूस ही नहीं करते। हाँ, क्योंकि शौक का कोई मुल नहीं है। मैंने बचपन तो शौक है। अच्छा जी। सफाई पसंद इंसान हाँ मैं जी, क्योंकि जोड़ो भी कम करना, खेतीबाड़ी करनी, वो भी वधिया ढंग नाल। ट्रैक्टर रखने वो भी वधिया ढंग नाल रखने ने, जिहड़ा कोई साडा इंप्लीमेंट्स ने वो भी बहुत अच्छे ढंग नाल संभाल करनी, उन्हां दी वरतों भी ठीक ढंग नाल करनी है। बाकी जिहड़ी मशीनरी कोई चीज़ मैं खरीदनी है, वधिया खरीदनी है, चंगी क्वालिटी दी खरीदनी है, तो संभाल रखनी पूरी है। की करिए, असीं सिंह कुछ है ही इदां दे मैन्युफैक्चरिंग डिफेक्ट वाले भी, सानूं सारा कुछ वधिया चाहिदा। आई लाइक दिस। अच्छा दसो भी ਕਹਿੰਦੇ ਨੇ ਵੀ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਵੀ ਇਹਨਾਂ ਦਾ ਖੇਤੀਬਾੜੀ ਵੱਲ ਸ਼ੌਂਕ ਹੈ ਨੀਗਾ, ਵੀ ਤੁਹਾਡੇ ਵੀ ਮਤਲਬ ਫੈਮਿਲੀ 'ਚ ਇੱਦਾਂ ਦਾ ਕੋਈ? ਨਹੀਂ, ਸਾਡੇ ਹਾਲ ਤੱਕ ਤਾਂ ਨਹੀਂ ਹੈ, ਕਿਉਂਕਿ ਪਹਿਲਾਂ ਸਾਡੇ ਬਾਪੂ ਜੀ ਖੇਤੀ ਕਰਦੇ ਸੀ, ਉਦੋਂ ਮਸ਼ੀਨਰੀ ਹੈ ਨਹੀਂ ਸੀ ਕੋਈ ਜੀ, ਅਤੇ ਉਹ ਤੋਂ ਬਾਅਦ ਅਸੀਂ ਚੌਂਹਠ ਦੇ ਵਿੱਚ ਟਰੈਕਟਰ ਲਿਆਂਦਾ ਫਿਰ। ਹਾਂ, ਅਤੇ ਮੈਂ ਖੁਦ ਆਪਣਾ ਸ਼ੌਂਕ ਨਾਲ ਖੇਤੀ ਆਪ ਕਰਦਾ ਰਿਹਾ ਉਹਨਾਂ ਤੋਂ ਬਾਅਦ, ਅਤੇ ਉਸ ਤੋਂ ਬਾਅਦ ਹੁਣ ਲੜਕਾ ਮੇਰਾ ਸਾਥ ਦਿੰਦਾ ਪੂਰਾ, ਬਲਜੀਤ ਸਿੰਘ, ਖੇਤੀ ਦੇ ਵਿੱਚ ਵੀ ਅਤੇ ਹੋਰ ਦੂਜੇ ਕੰਮਾਂ ਦੇ ਵਿੱਚ ਵੀ, ਇੱਥੋਂ ਸਾਰਾ ਕੁਛ ਕਰਨ ਦੇ ਵਿੱਚ ਜੋ ਵੀ ਮੈਂ ਕਰਦਾ ਮੇਰਾ ਪੂਰਾ ਸਾਥ ਦਿੰਦਾ। ਅਤੇ ਬਾਕੀ ਸਭ ਕਾਸ਼ਿਸ਼ ਤੋਂ ਅਜੇ ਤੱਕ ਕੋਈ ਉਹਨੂੰ ਇੱਦਾਂ ਦੀ ਆਦਤ ਨਹੀਂ ਹੈ ਜਿਹੜੀ ਅਤੇ ਅੱਜ ਕੱਲ੍ਹ ਦੇ ਮੁੰਡਿਆਂ ਵਾਲੀ ਹੈ। ਅਸੀਂ ਹੱਥੀਂ ਕੰਮ ਕਰਨਾ ਪਸੰਦ ਕਰਦੇ ਹਾਂ, ਕਿਉਂਕਿ ਸਾਡੇ ਜਿਹੜੇ ਐਗਰੀਕਲਚਰ ਦੀ ਲਾਈਨ ਹੈ ਇਹਦੇ ਜਿੰਨਾ ਅਸੀਂ ਹੱਥੀਂ ਕੰਮ ਕਰਾਂਗੇ ਉਹਨਾਂ ਵਧੀਆ ਸਾਡੀ ਲੇਬਰ ਬਚਦੀ ਹੈ। ਦੂਜਾ ਸਾਡਾ ਜਿਹੜਾ ਆਪਣੇ ਹੱਥੀਂ ਕੰਮ ਕਰਨਾ ਹੈ ਉਹ ਬਹੁਤ ਵਧੀਆ ਢੰਗ ਨਾਲ ਹੁੰਦਾ, ਕਿਉਂਕਿ ਜਿਹੜਾ ਕੰਮ ਤੁਸੀਂ ਆਪ ਹੱਥੀਂ ਕਰੋਗੇ ਉਹ ਵਧੀਆ ਹੋਊਗਾ। ਸਾਡੀ ਜਿਹੜੀ ਜਨਰੇਸ਼ਨ ਹੈ ਜਿਹੜੀ ਕਹਿੰਦੀ ਵੀ ਜੀ ਯਾਰ ਆਪਾਂ ਯਾਰ ਹੋਰ ਤਾਂ ਕੁਛ ਨਹੀਂ ਮਿਲਦਾ, ਖੇਤੀ ਹੋਈ ਕਰ ਲਈਏ। ਹਾਂਜੀ ਹਾਂਜੀ। ਕੋਈ ਐਸਾ ਕੋਈ ਉਹਨਾਂ ਨੂੰ ਕੋਈ ਕੋਈ ਸਿੱਖ ਦਿਓ, ਕੋਈ ਉਹਨਾਂ ਨੂੰ ਸਮਝਾਓ ਵੀ ਐਗਰੀਕਲਚਰ 'ਚ ਵੀ ਕਾਫੀ ਕੁਛ ਹੈਗਾ ਜੀ? ਕਾਫੀ ਕੁਛ ਐਗਰੀਕਲਚਰ ਦੇ ਵਿੱਚ, ਕਿਉਂਕਿ ਖੇਤੀ ਦੇ ਵਿੱਚ ਅਸੀਂ ਐਗਰੀਕਲਚਰ ਦੇ ਵਿੱਚ ਅਸੀਂ ਕੋਈ ਹੋਰ ਧੰਦਾ ਅਪਣਾ ਸਕਦੇ ਸਾਈਡ ਦੇ ਵਿੱਚ, ਜਿੱਦਾਂ ਹੁਣ ਆਪਣੀਆਂ ਫਸਲਾਂ ਨੇ ਇਹਨਾਂ ਦੇ ਵਿੱਚ ਜਿੱਦਾਂ ਸਬਜ਼ੀਆਂ ਆਉਂਦੀਆਂ ਨੇ ਸਬਜ਼ੀਆਂ ਲਾ ਸਕਦੇ ਹਾਂ, ਮਿਰਚਾਂ ਲਾ ਸਕਦੇ ਹਾਂ, ਗੋਭੀ ਹੈ ਕਿੰਨੀ ਤੇਜ਼ ਨਿਕਲਦੀ ਹੈ, ਲਸਣ ਵਗੈਰਾ ਸਾਰਾ ਕੁਛ, ਕਿਉਂਕਿ ਜੇ ਅਸੀਂ ਇੱਕੋ ਚੀਜ਼ 'ਤੇ ਬੈਠੇ ਰਹੀਏ ਕਣਕ ਮੱਕੀ 'ਤੇ ਆਪਣੇ ਜੀਰੀ 'ਤੇ ਤਾਂ ਫਿਰ ਤਾਂ ਨਹੀਂ ਚੱਲਦਾ ਹੈ ਕੰਮ। ਇਹਦੇ ਵੀ ਜੇ ਕਰਨਾ ਹੋਵੇ ਤਾਂ ਬਹੁਤ ਕੁਛ ਹੈ, ਜੇ ਅਸੀਂ ਕਰਨਾ ਵਿਹਲੜ ਰਹਿਣਾ, ਕਿਉਂਕਿ ਅੱਜ ਕੱਲ੍ਹ ਇੱਕ ਤਾਂ ਮੁੰਡੇ ਜਿਹੜੇ ਨਵੀਂ ਜਨਰੇਸ਼ਨ ਹੈ ਨਸ਼ਿਆਂ ਵੱਲ ਰੁਝਾਨ ਜ਼ਿਆਦਾ ਨੇ, ਇੱਕ ਹੱਥੀਂ ਕੰਮ ਕਰਕੇ ਰਾਜ਼ੀ ਹੈ, ਕਿਉਂਕਿ ਖੂਹ ਤੱਕ ਕੋਈ ਬਿਨਾਂ ਸਕੂਟਰ ਦੇ ਕੋਈ ਤੁਰ ਕੇ ਰਾਜ਼ੀ, ਕੋਈ ਸੈਰ ਨਹੀਂ ਕਰਦਾ, ਕੋਈ ਕੁਛ ਨਹੀਂ ਕਰਦਾ, ਕਿਤੇ ਜਾਣਾ ਨਹੀਂ ਆਉਣਾ ਨਹੀਂ। ਮੈਨੂੰ ਇੱਕ ਗੱਲ ਦੱਸੋ ਵੀ ਕਿੰਨੀਆਂ ਕੁ ਸਹੂਲਤਾਂ ਤੁਸੀਂ ਰੱਖੀਆਂ ਨੇ ਉਰੇ, ਮਤਲਬ ਪਿੱਛੇ ਮੈਂ ਦੇਖ ਰਿਹਾ ਵੀ ਦੋ ਕਮਰੇ ਵੀ ਨੇ, ਹਾਂਜੀ, ਐਨ ਬਿਲਕੁਲ ਸੈੱਟ ਕਰਕੇ ਤੁਸੀਂ ਰੱਖਿਆ, ਮਤਲਬ ਇਸ ਤਰ੍ਹਾਂ ਜੀ? ਇੱਕ ਤਾਂ ਸਾਡੇ ਜਿਹੜਾ ਸਾਈਡ 'ਤੇ ਨੌਕਰਾਂ ਦਾ ਕਮਰਾ, ਉਹਦੇ ਵਿੱਚ ਅਸੀਂ ਖਾਦ ਖੂਦ ਰੱਖਦੇ ਹਾਂ, ਬਾਕੀ ਸਾਡਾ ਖੇਤੀਬਾੜੀ ਦਾ ਸਮਾਨ ਜਿਹੜਾ ਸੰਦ ਨੇ ਉਹਦੇ 'ਚ ਰੱਖਦੇ ਹਾਂ। ਦੂਜੇ ਦੇ ਵਿੱਚ ਕੋਈ ਆਪਣਾ ਕੋਈ ਸਾਥੀ ਆਇਆ ਗਿਆ, ਦੋਸਤ ਮਿੱਤਰ ਆ, ਸਾਰਿਆਂ ਦੇ ਬੈਠਦੇ ਹਾਂ, ਟੀ ਵੀ ਲੱਗੇ ਆ ਜੀ, ਮੈਗਜ਼ੀਨ ਪਏ ਨੇ, ਅਖਬਾਰ ਲਾਇਆ, ਸਾਰਾ ਕੁਛ ਪੜ੍ਹਦੇ ਹਾਂ, ਅਤੇ ਸਾਰੇ ਉਰੇ ਸਾਰੇ ਸਹੂਲਤਾਂ ਰੱਖੀਆਂ ਨੇ, ਨਹਾਉਣ ਧੋਣ ਦੀ, ਖਾਣ ਪੀਣ ਦੀ, ਘਰੋਂ ਸਾਨੂੰ ਕੋਈ ਚੀਜ਼ ਲਿਆਉਣ ਦੀ ਲੋੜ ਨਹੀਂ, ਬਰਤਨ ਵਗੈਰਾ ਚਾਹੇ 15 ਬੰਦੇ ਆ ਜਾਣ, ਇੱਥੇ ਹੀ ਸਾਰਾ ਕੁਛ ਸਰ ਜਾਂਦਾ, ਕੋਈ ਸਮਾਨ ਬਣਾਉਣਾ ਬਾਹਰੋਂ ਲਿਆ ਕੇ ਉਹ ਵੀ ਇੱਥੇ ਸਾਡੇ ਕੋਲ ਸਾਰਾ ਸਮਾਨ ਹੈਗਾ ਜੀ। Well, guess what? Why didn't you swing by my motor so that we could cook some nice food? ਜਿਹੜਾ ਕਿ ਫਰੈਸ਼ ਟੇਕਨ ਆਫ ਫਰੋਮ ਦਾ ਫੀਲਡਸ ਹੈ ਜੀ, ਅਤੇ ਕਿੰਨਾ ਮਜ਼ਾ ਆਏਗਾ। ਦਿਸ ਇਜ਼ ਵਾਟ ਵੀ ਕਾਲ ਪੰਜਾਬ ਬੇਬੀ ਐਂਡ ਦਿਸ ਇਜ਼ ਹਾਊ ਇਟ ਇਜ਼। ਸ਼ੌਂਕ ਹੋਵੇ ਤਾਂ ਇੱਦਾਂ ਦਾ ਹੋਵੇ, ਨਹੀਂ ਤਾਂ ਤੁਸੀਂ ਵੀ ਟੀ ਵੀ ਦੇਖਦੇ ਰਹਿਣਾ, ਮੇਰੇ ਵਰਗੇ ਨੇ ਐਂਕਰਿੰਗ ਕਰਦੇ ਰਹਿਣਾ, ਜ਼ਿੰਦਗੀ ਇੱਦਾਂ ਨਹੀਂ ਬਦਲਦੀ। ਕਮ ਟੂ ਪੰਜਾਬ ਐਂਡ ਚੈੱਕ ਆਊਟ ਆਲ ਦਿਸ ਬੇਬੀ, ਸਾਡੇ ਸ਼ੌਕੀਨ ਨੇ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਤੁਸੀਂ ਇਸ ਪ੍ਰੋਗਰਾਮ 'ਤੇ ਆਏ, ਅਤੇ ਤੁਸੀਂ ਸਾਡੀ ਇੰਸਪੀਰੇਸ਼ਨ ਹੋ ਸਾਡੇ ਉਹਨਾਂ ਸਾਰੇ ਆਉਣ ਵਾਲੇ ਜਿੰਨੇ ਵੀ ਐਗਰੀਕਲਚਰ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਇਨਸਪੀਰੇਸ਼ਨ ਹੋ, ਅਤੇ ਇਹਦਾ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ। ਵੈਲ ਫਰੈਂਡਸ, ਇਹ ਤਾਂ ਸੀਗਾ ਸਾਡਾ ਅੱਜ ਤੱਕ ਦਾ ਸਰਹੰਦ ਸ਼ਹਿਰ ਦਾ ਸਫ਼ਰ।
I hope you liked it. Well, I loved traveling in Punjab. ਬਈ ਐਨੇ ਸੋਹਣੇ ਸੋਹਣੇ ਰੰਗ ਮੇਰੇ ਰੰਗਲੇ ਪੰਜਾਬ ਦੇ ਦੇਖ ਕੇ ਜੀ ਜਾ ਨਹੀਂ ਭਰਦਾ। But we gotta go. It's on time, baby. ਮਤਲਬ ਅਗਲਾ ਪ੍ਰੋਗਰਾਮ ਆਉਣ ਵਾਲਾ ਹੈ। So I'll see you next week. Till then, you take care. ਪਰ ਜਾਂਦੇ ਜਾਂਦੇ ਮੈਂ ਤੁਹਾਡੇ ਤੋਂ ਇੱਕ ਸਵਾਲ ਕਰਨਾ ਚਾਹੂੰਗਾ। ਬਈ ਇਹਦੇ ਸਪੈਲਿੰਗ ਕੀ ਨੇ? Right? I'll ask you next time. ਕਲਾਸ ਲੱਗਣੀ ਹੈ। So till next week, you take care.